ਮੇਰੇ ਆਕਾ ਦੀ ਉਮਰ ਮੁਬਾਰਕ 20 ਸਾਲ, ਮੇਰੇ ਆਕਾ ਜਵਾਨੀ ਦੀ ਦਹਲੀਜ਼ ਤੇ ਕਦਮ ਰੱਖ ਰਹੇ, ਮੱਕਾ ਪਾਕ ਦੀ ਸਰਜ਼ਮੀਨ ਤੇ ਹਾਜੀ ਆ ਰਹੇ, ਜਨਾਬ ਬੜੀ ਦੂਰ ਦਰਾਜ਼ ਤੋਂ ਇੱਕ ਆਰਾਬੀ ਆਪਣੀ ਬੱਚੀ ਨੂੰ ਲੈ ਕੇ ਖਾਨੇ ਕਾਬੇ ਦਾ ਤਵਾਫ ਕਰਨ ਵਾਸਤੇ ਆਇਆ ਹੈ। ਉਹਦੀ ਬੇਟੀ ਨੌਜਵਾਨ ਖੂਬਸੂਰਤ ਵੀ ਹੈ, ਕਦ ਆਵਰ ਵੀ ਹੈ। ਮੱਕੇ ਦਾ ਇੱਕ ਚੌਧਰੀ ਬੇਈਮਾਨ ਹੋ ਗਿਆ, ਉਹਨੇ ਆਪਣੇ ਗੁੰਡੇ ਲੈ ਉਹਦੇ ਉਸ ਬੰਦੇ ਦੀ ਬੇਟੀ ਨੂੰ ਉਠਾ ਕੇ ਲੈ ਗਿਆ। ਉਹ ਵਿਚਾਰਾ ਰੋਈ ਜਾਂਦਾ ਹੈ ਕਿ ਮੈਂ ਗਰੀਬ ਆ, ਆਪਣੀ ਬੱਚੀ ਦੀ ਇੱਜ਼ਤ ਨੂੰ ਕਿਵੇਂ ਬਚਾਵਾਂ, ਮੇਰੇ ਨਾਲ ਕੌਣ ਹੋਵੇ ਜਿਹੜਾ ਮੇਰੀ ਬੇਟੀ ਨੂੰ ਛੁਡਾ ਦੇਵੇ, ਮੈਂ ਗਰੀਬ ਆ, ਮੈਂ ਮੁਸਾਫਿਰ ਆ, ਇੱਥੇ ਮੇਰਾ ਆਪਣਾ ਕੋਈ ਨਹੀਂ, ਕੌਣ ਮੇਰੇ ਕੰਮ ਆਵੇ। ਉਹ ਬੈਠਾ ਰੋਈ ਜਾਂਦਾ ਹੈ। ਮੇਰੇ ਆਕਾ ਦੀ 20 ਸਾਲ ਦੀ ਉਮਰ ਸਰਕਾਰ ਦਾ ਗੁਜ਼ਰ ਹੋਇਆ, ਵੇਖਿਆ ਮੁਸਾਫਿਰ ਬੈਠਾ ਸੁਭਾਈ ਜਾ ਰਿਹਾ ਹੈ। ਮੇਰੇ ਆਕਾ ਕਰੀਬ ਆ ਕੇ ਫਰਮਾਉਂਦੇ ਨੇ, ਰੋਣਾ ਕਿਉਂ ਹੈ, ਦੱਸ ਤੇਰੀ ਪਰੇਸ਼ਾਨੀ ਕੀ ਹੈ। ਕਹਿ ਲੱਗਾ ਮੇਰਾ ਕੋਈ ਇੱਥੇ ਹੋਵੇ ਤੇ ਉਹਨੂੰ ਮੈਂ ਦਰਦ ਸੁਣਾਵਾਂ। ਮੇਰੇ ਆਕਾ ਨੇ ਸੀਨੇ ਲਾ ਕੇ ਫਰਮਾਇਆ, ਬਾਬਾ ਰੋਣਾ ਜਿੱਥੋਂ ਤੀਕਰ ਹੋਇਆ ਮੈਂ ਤੇਰੇ ਅੱਥਰੂ ਪੂੰਝ ਲਵਾਂਗਾ, ਮੈਂ ਤੇਰੇ ਦੁੱਖਾਂ ਦਾ ਮਦਾਵਾ ਕਰਾਂਗਾ। ਅੱਲਾ ਦੇ ਘਰ ਅੰਦਰ ਬੈਠਣ ਵਾਲੇ ਹੋ, ਅਹਿਸਾਸ ਕਿਹੜੀ ਚੀਜ਼ ਦਾ ਨਾਮ ਹੈ? ਉਹ ਬਰਾਦਰੀ ਦਾ ਬੰਦਾ ਨਹੀਂ, ਮੁਸਾਫਿਰ ਹੈ, ਪਰਦੇਸੀ ਹੈ। ਮੇਰੇ ਆਕਾ ਨੇ ਸੀਨੇ ਲਗਾਇਆ, ਫਰਮਾਇਆ ਦੱਸ ਹੋਇਆ ਕੀ ਹੈ? ਨਾਲੇ ਰੋਵੇ ਤੇ ਨਾਲੇ ਦਾਸਤਾਨ ਸੁਣਾਉਂਦਾ ਹੈ। ਕਹਿੰਦਾ ਮੈਂ ਕੀ ਦੱਸਾਂ, ਮੇਰੀ ਬੇਟੀ ਨੂੰ ਫੁਲਾਣਾ ਚੌਧਰੀ ਉਠਾ ਕੇ ਲੈ ਗਿਆ ਹੈ। ਬੜੇ ਫਖਰ ਨਾਲ ਆਪਣਾ ਨਾਮ ਵੀ ਦੱਸ ਕੇ ਗਿਆ, ਮੈਂ ਚੌਧਰੀ ਹਾਂ। ਇਸ ਵਾਸਤੇ ਰੋਣਾ ਵਾ, ਕੌਣ ਮੇਰੀ ਬੇਟੀ ਨੂੰ ਛੁਡਾਵੇ? ਮੇਰੇ ਆਕਾ ਨੇ ਫਰਮਾਇਆ, ਰੋਣਾ ਮੈਂ ਤੇਰੀ ਮਦਦ ਕਰਨਾ ਵਾ, ਮੈਂ ਤੇਰਾ ਸਹਾਰਾ ਬਣ ਜਾਣਾ ਵਾ। ਮੇਰੇ ਆਕਾ ਨੇ ਜਲਦੀ ਨਾਲ ਕੁਰੈਸ਼ੀ ਨੌਜਵਾਨਾਂ ਨੂੰ ਇਕੱਠਾ ਕਰ ਲਿਆ। ਮੇਰੇ ਆਕਾ ਨੇ ਫਰਮਾਇਆ, ਤੁਹਾਡੀਆਂ ਜਵਾਨੀਆਂ ਕਦੋਂ ਕੰਮ ਆਉਣੀਆਂ ਨੇ? ਮੱਕੇ ਅੰਦਰ ਜ਼ੁਲਮ ਦੀ ਦਾਸਤਾਨ ਰਕਮ ਹੋ ਗਈ ਹੈ। ਵੇਖੋ ਇਹ ਮੁਸਾਫਿਰ ਇਹਦੀ ਬੇਟੀ ਨੂੰ ਉਠਾ ਕੇ ਲੈ ਗਿਆ ਹੈ, ਹੁਣ ਦੱਸੋ ਕੀ ਹੋਣਾ ਚਾਹੀਦਾ ਹੈ? ਸਾਰੇ ਨੌਜਵਾਨ ਕਹਿ ਲਗੇ, ਐ ਮੁਹੰਮਦ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਹੈ? ਫਰਮਾਇਆ, ਹੋਣਾ ਇਹ ਚਾਹੀਦਾ ਹੈ ਇਹਦੀ ਬੇਟੀ ਵਾਪਸ ਕਰਨੀ ਹੈ। ਅਸਾਂ ਮਜ਼ਲੂਮ ਦੇ ਨਾਲ ਖੜਿਆ ਹੋਣਾ ਹੈ, ਅਸਾਂ ਮਜਬੂਰ ਦਾ ਸਹਾਰਾ ਬਣਨਾ ਹੈ। ਮੇਰੇ ਕਰੀਮ ਆਕਾ ਸਾਰਿਆਂ ਨੂੰ ਮਸਜਿਦ ਹਰਾਮ ਮੰਦਰ ਲੈ ਗਏ, ਖਾਨੇ ਕਾਬੇ ਦੇ ਖਿਲਾਫ ਨੂੰ ਪਕੜ ਕੇ ਮੇਰੇ ਆਕਾ ਨੇ ਸਾਰਿਆਂ ਕੋਲੋਂ ਵਾਦਾ ਲੈ ਲਿਆ, ਜ਼ਮ ਜ਼ਮ ਪੀਤਾ। ਮੇਰੇ ਆਕਾ ਨੇ ਫਰਮਾਇਆ, ਚੱਲੋ ਉਸ ਚੌਧਰੀ ਵੱਲ ਚੱਲ ਲਿਆ। ਮੇਰੇ ਆਕਾ ਨੇ ਨੌਜਵਾਨਾਂ ਨੂੰ ਲੈ ਲਿਆ ਤੇ ਉਹਦੇ ਘਰ ਨੂੰ ਘੇਰੇ ਅੰਦਰ ਲੈ ਲਿਆ। ਦਰਵਾਜ਼ਾ ਖਟਖਟਾਇਆ, ਉਹ ਚੌਧਰੀ ਬਾਹਰ ਆਇਆ, ਕਹਿਣ ਲੱਗਾ ਕਿਵੇਂ ਆਏ ਹੋ? ਮੇਰੇ ਆਕਾ ਨੇ ਫਰਮਾਇਆ, ਦੱਸ ਐਦੀ ਬੇਟੀ ਉਠਾ ਕੇ ਲੈ ਕੇ ਆਇਆ ਹੈ। ਕਹਿਣ ਲੱਗਾ, ਆਹੋ ਲੈ ਕੇ ਆਇਆ ਵਾ, ਪਰ ਤੁਸੀਂ ਕਿਵੇਂ ਆਏ ਹੋ? ਫਰਮਾਇਆ, ਇਹਦੀ ਮਦਦ ਵਾਸਤੇ ਆਏ ਹੋ, ਇਹਦੀ ਬੇਟੀ ਨੂੰ ਲੈਣ ਵਾਸਤੇ ਆਏ ਹੋ। ਚੌਧਰੀ ਕਹਿਣ ਲੱਗਾ, ਵਾਪਸ ਚਲੇ ਜਾਓ, ਮੈਂ ਰਾਤ ਰੱਖ ਕੇ ਫੇਰ ਸੁਬਾ ਦੇਵਾਂਗਾ। ਮੇਰੇ ਆਕਾ ਨੇ ਫਰਮਾਇਆ, ਨਾ ਨਾ, ਹੁਣ ਆ ਗਿਆ, ਹੁਣ ਲੈ ਕੇ ਜਾਵਾਂਗੇ।
ਆ ਗਿਆ ਹੁਣ ਐਵੇਂ ਐਵੇਂ ਨਹੀਂ ਜਾਵਾਂਗੇ। ਜਦੋਂ ਸਾਰੇ ਨੌਜਵਾਨ ਵੇਖੇ ਨਾ ਮਜਬੂਰ ਹੋ ਕੇ ਉਹਨੂੰ ਬੱਚੀ ਵਾਪਸ ਕਰਨੀ ਪਈ ਤੇ ਸਰਕਾਰ ਨੇ ਉਹਦੀ ਬੇਟੀ ਵਾਪਸ ਕਰਵਾਈ ਤੇ ਉਹਦੀ ਖੁਸ਼ੀ ਦੀ ਇੰਤਹਾ ਕੋਈ ਨਾ ਰਹਿ ਗਈ। ਉਹ ਜਿਸ ਨਬੀ ਦਾ ਅਸੀਂ ਕਲਮਾ ਪੜ੍ਹਨੇ ਹਾਂ ਉਹਨਾਂ ਦੀ ਤੇ ਸੀਰਤ ਹੀ ਹੈ ਦੁਖੀਆਂ ਦਾ ਸਹਾਰਾ ਬਣਨਾ। ਸਾਨੂੰ ਤੇ ਇਸਲਾਮ ਦੀ ਤਾਲੀਮ ਹੀ ਦਿੱਤੀ ਹੈ, ਫਰਮਾਨ ਦੇ ਜ਼ਰੀਏ, ਆਕਾ ਦੇ ਕਿਰਦਾਰ ਦੇ ਜ਼ਰੀਏ ਤਾਲੀਮਾਂ ਹੀ ਦਿੱਤੀਆਂ ਗਈਆਂ ਨੇ। ਲੇਕਿਨ ਸ਼ੂਮੀਆ ਕਿਸਮ ਦਾ ਅਸੀਂ ਟਰੈਕ ਹੋਰ ਤੇ ਚੜ ਗਏ ਹਾਂ, ਰਾਏ ਔਰ ਪੈ ਗਏ ਹਾਂ, ਨਫ਼ਰਤਾਂ ਸਾਨੂੰ ਦੂਰ ਲੈ ਗਈਆਂ ਨੇ। ਫਿਰ ਕੀ ਖਿਆਲ ਹੈ, ਹੁਣ ਮੈਂ ਥੋੜੀ ਇਸ਼ਕ ਦੀ ਬੋਲੀ ਨਾ ਬੋਲ ਲਵਾਂ, ਫਿਰ ਜਿਹਦਾ ਦਰੇ ਮੁਸਤਫਾ ਤੋਂ ਕੰਮ ਬਣ ਗਿਆ ਹੋਵੇ ਫਿਰ ਪਿਆਰ ਨਾਲ ਕਿਉਂ ਨਾ ਕਹੀਏ ਸਦਾ ਵਸਦਾ ਰਵੇ ਤੇਰਾ ਤਵਾਰਾ ਸਦਾ ਵਸਦਾ ਰਵੇ ਤੇਰਾ ਦਵਾਰਾ ਯਾ ਰਸੂਲ ਅੱਲਾ। ਸਦਾ ਵਸਦਾ ਰਵੇ ਤੇਰਾ ਦਵਾਰਾ ਯਾ ਰਸੂਲ ਅੱਲਾ। ਕਿਆ ਵਾ ਕਿਆ ਵਾ, ਮੇਰਾ ਇੱਕ ਆਪਣਾ ਤਜਜ਼ੀਆ ਹੈ, ਇਹ ਜਦੋਂ ਦੇ ਸਾਡੇ ਦਿਲਾਂ ਵਿੱਚੋਂ ਅਹਿਸਾਸ ਖਤਮ ਹੋ ਗਏ ਨੇ ਨਾ, ਇਹ ਤਵੀਜ਼ਾ ਵਾਲੇ ਬਾਬਿਆਂ ਦੇ ਕੰਮ ਚੱਲ ਪਏ ਨੇ। ਹਕੀਕਤ ਗੱਲ ਜੀ, ਇਹ ਤਵੀਜ਼ਾਂ ਵਾਲਿਆਂ ਦੇ ਕੰਮ ਚੱਲੇ ਨੇ ਸਾਡੇ ਅਹਿਸਾਸ ਮਰਨ ਦੀ ਵਜ੍ਹਾ ਤੋਂ। ਆਏ ਰੋਜ਼ ਕੋਈ ਕਹਿੰਦਾ ਸ਼ਾਹ ਜੀ ਸਾਡੇ ਘਰੋਂ ਇਹ ਗੋਸ਼ਤ ਨਿਕਲਿਆ ਵਿੱਚ ਸੂਈਆਂ ਖੁੱਬੀਆਂ ਨੇ, ਕੋਈ ਕਹਿੰਦਾ ਬਡਾਵੇ ਨਿਕਲੇ ਨੇ, ਕੋਈ ਕਹਿੰਦਾ ਜੀ ਖੂਨ ਦੇ ਛੱਟੇ ਵੱਜਦੇ ਪਏ ਨੇ, ਕੋਈ ਕਹਿੰਦਾ ਜਨਾਬ ਪਾਣੀ ਦੇ ਛੱਟੇ ਵੱਜੇ ਨੇ, ਕੋਈ ਕਹਿੰਦਾ ਰੋੜੀਆਂ ਦੇ ਛੱਟੇ ਵੱਜੇ ਨੇ, ਕੋਈ ਕੀ ਤੇ ਕੋਈ ਕੀ, ਇਹ ਸਾਰਾ ਕੁਝ ਹੋ ਰਿਹਾ ਹੈ। ਹੁਣ ਆਪਣੇ ਆਪ ਤੇ ਚੱਲ ਕੇ ਗੋਸ਼ਤ ਕਿਸੇ ਦੇ ਘਰ ਨਹੀਂ ਆਇਆ, ਕਿਸੇ ਸੱਟਿਆ ਤੇ ਆਇਆ ਹੈ, ਤੇ ਉਹ ਸੱਟਣ ਵਾਲਾ ਕੌਣ ਹੈ ਵੀ ਕੋਈ ਮੁਸਲਮਾਨ ਭਰਾ ਹੋਵੇਗਾ। ਤੇ ਕਰਵਾਇਆ ਈਸਾਈ ਕੋਲੋਂ ਕਾਲੇ ਇਲਮ ਦੇ ਵਾਰ, ਕਾਲੇ ਇਲਮ ਦੇ ਵਾਰ ਕਰਵਾਉਣਾ ਹਰਾਮ ਹੈ, ਲੇਕਿਨ ਕਿਹੜੀ ਸ਼ੈ ਲੈ ਗਈ ਹੈ, ਅਹਿਸਾਸ ਖਤਮ ਹੋ ਗਏ ਨੇ ਤੇ ਅਸੀਂ ਈਸਾਈ ਬਾਬਿਆਂ ਕੋਲ ਪਹੁੰਚ ਗਏ ਹਾਂ। ਲਓ ਬਾਬਾ ਜੀ ਕਰ ਦਿਓ ਇਹਦਾ ਬੇੜਾ ਗਰਕ, ਤੇ ਅਸੀਂ ਆਪਣੀ ਕੀਮਤੀ ਦੌਲਤ ਜਿਹੜੀ ਇਮਾਮ ਮਸਜਿਦ ਨੂੰ ਨਹੀਂ ਦਿੰਦੇ ਤੇ ਬਾਬੇ ਨੂੰ ਜਾ ਦੇਵੇ। ਮੈਂ ਗੱਲ ਕਰ ਰਿਹਾ ਹਾਂ, ਓਏ ਆਪਣੇ ਬਾਲਾਂ ਤੇ ਦੇਈਏ, ਬਹੁਤੇ ਪੈਸੇ ਆ ਗਏ ਅੱਲਾ ਦੇ ਘਰ ਦੇ ਦੀਨੀ ਇਦਾਰਿਆਂ ਤੇ ਦੇ ਦਈਏ। ਅਸੀਂ ਜਨਾਬ ਉਹ ਤਵੀਜ਼, ਉਹ ਵੀ ਆਉਂਦੀ ਜੀ ਕੰਮ ਡੰਡ ਹੈ, ਇਹਨਾਂ ਉੱਲੂ ਦੀ ਤਵੀਜ਼ ਨਾਲ ਲਿਖਣਾ ਤੇ ਤੇਰਾ ਪੈਸੇ ਵਾਹਵਾ ਲੱਗਣਗੇ। ਉਹ ਐਸਾ ਬੰਦਾ ਉੱਲੂ ਬੰਦਾ ਕਹਿੰਦਾ ਜਿੰਨੇ ਲੈਣਾ ਹੀ ਲੈ, ਕੰਮ ਕਰ ਸਕਦਾ ਉੱਲੂ ਬਣਾ ਦੇਣਾ, ਜੋ ਕਰਨਾ ਕਰ। ਆਪਣੇ ਇਮਾਨ ਨਾਲ ਦੱਸੋ ਕਿਆ ਗੱਲ ਇੰਜ ਨਹੀਂ? ਕੌਣ ਜਾਂਦੇ ਨੇ ਉਹਨਾਂ ਕੋਲ? ਅਸੀਂ ਮੁਸਲਮਾਨ ਜਾ ਰਹੇ, ਕਿਉਂ ਜਾ ਰਹੇ? ਐਡਾ ਇਮਾਨ ਕਮਜ਼ੋਰ ਹੋ ਗਏ ਨੇ, ਉਹ ਇੱਕ ਨੂੰ ਅੱਲਾ ਨਿਹਮਤ ਦੇ ਦਿੱਤੀ ਹੈ, ਰੱਬ ਨਾ ਚਾਹੇ ਤੇ ਕੋਈ ਖੋ ਨਹੀਂ ਸਕਦਾ। ਹੌਲੀ ਬੋਲੋ, ਤੇ ਰੱਬ ਜਿਹਦੇ ਕੋਲ ਖੋਣਾ ਚਾਹੇ ਨਾ ਕਿਸੇ ਪੀਰ ਦਾ ਤਵੀਜ਼, ਉਹਨੂੰ ਕੋਲ ਨਿਹਮਤ ਬਾਕੀ ਨਹੀਂ ਰੱਖ ਸਕਦਾ। ਜੇ ਰੱਬ ਲੈਣੀ ਤੇ ਲੈ ਜਾਣੀ, ਥੋੜਾ ਜਿਹਾ ਮਜ਼ਬੂਤ ਹੋਈਏ ਅਸੀਂ, ਐਡੇ ਕਮਜ਼ੋਰ ਯਾਰ।
ਐਸਾ ਤੇ ਮੁਸਲਮਾਨ ਨੂੰ ਕਦੀ ਨਹੀਂ ਸੀ ਹੋਣਾ ਚਾਹੀਦਾ ਔਰ ਨਾ ਹੀ ਕਦੀ ਐਸਾ ਮੁਸਲਮਾਨ ਹੈ ਸੀ। ਅੱਜ ਦਾ ਮੁਸਲਮਾਨ ਕਿਉਂ ਡਾਵਾਂਡੋਲ ਹੋ ਗਿਆ, ਕਿਉਂ ਐਸੀ ਹਰਕਤ ਤੇ ਸੀ ਉਤਰ ਆਏ, ਕਿਉਂ ਨੁਕਸਾਨ ਕਰਨਾ ਚਾਹ ਰਹੇ ਹਾਂ, ਕਿਉਂ ਅਸੀਂ ਇੱਕ ਦੂਸਰੇ ਮੁਸਲਮਾਨ ਦੇ ਜਜ਼ਬਾਤ ਨੂੰ ਕਤਲ ਕਰ ਰਹੇ ਹਾਂ। ਆਓ ਆਪਣੇ ਰੰਗ ਨੂੰ ਬਦਲੀਏ। ਫਿਰ ਕਹਿੰਦੇ ਸ਼ਾਹ ਜੀ ਸਕੂਨ ਕੋ ਨਹੀਂ, ਸਾਰਾ ਕੁਝ ਹੈ, ਸਕੂਨ ਕੋਈ ਨਹੀਂ। ਸਕੂਨ ਕਿਵੇਂ ਆਵੇ? ਕਰ ਭਲਾ ਤੇ ਉਹ ਵੀ ਭਲਾ, ਕਰ ਭਲਾ ਫਿਰ ਉਹ ਭਲਾ ਹੋਵੇ। ਔਰ ਇਸ ਤੋਂ ਵੱਡੀ ਗੱਲ ਕੋਈ ਨਹੀਂ, ਸਮਝੋ ਨਾ ਤੇ ਸਾਰਾ ਕੁਝ ਇਹਦੇ ਵਿੱਚ ਆ ਗਿਆ। ਭਾਈ ਸਫਦਰ ਸਾਹਿਬ, ਮੇਰੇ ਆਕਾ ਨੇ ਇੱਥੋਂ ਤੀਕਰ ਫਰਮਾਇਆ, ਜਿਹੜੀ ਸ਼ਾਇਦ ਆਪਣੇ ਵਾਸਤੇ ਪਸੰਦ ਕਰੋ ਨਾ, ਉਹ ਹੀ ਆਪਣੇ ਮੁਸਲਮਾਨ ਭਰਾ ਵਾਸਤੇ ਪਸੰਦ ਕਰੋ। ਆਪਣੇ ਵਾਸਤੇ ਤਕਲੀਫ ਕੋਈ ਬੰਦਾ ਪਸੰਦ ਕਰਦਾ? ਬੋਲੋ, ਉਹ ਮੈਂ ਬੁਲਾਉਣਾ ਅੱਜ ਤੁਹਾਨੂੰ। ਆਪਣੇ ਵਾਸਤੇ ਕੋਈ ਬੰਦਾ ਤਕਲੀਫ ਪਸੰਦ ਕਰਦਾ? ਜਦੋਂ ਆਪ ਨਹੀਂ ਪਸੰਦ ਕਰਦੇ, ਫਿਰ ਦੂਸਰੇ ਮੁਸਲਮਾਨ ਵਾਸਤੇ ਕਿਉਂ ਪਸੰਦ ਕਰੀ? ਅਗਰ ਇਹ ਗੱਲ ਜ਼ਿਹਨ 'ਚ ਬਹਿ ਜਾਵੇ ਤੇ ਬੰਦਾ ਗਲਤ ਕਦਮ ਉਠਾਵੇ ਹੀ ਨਾ, ਤੇ ਦਿਲਾਂ ਨੂੰ ਜਨਾਬ ਜ਼ਖਮੀ ਕਰਕੇ ਲੋਕੀ ਤੁਰ ਪੈਂਦੇ ਨੇ ਅੱਜ ਕਰਨ, ਇੱਥੇ ਆ ਕੇ ਬਹਿ ਜਾਂਦੇ ਨੇ ਮਸੀਤਾਂ, ਜਨਾਬ ਤਹਜਦ ਗੁਜ਼ਾਰ ਬਣ ਜਾਂਦੇ ਨੇ, ਫਿਰ ਜਨਾਬ ਲੰਮੀ ਲੰਮੀ ਤਸਬੀਹ ਫੇਰਦੇ, ਅੱਲਾ ਅੱਲਾ ਕਰਦੇ ਨੇ। ਐਵੇਂ ਗੱਲ ਨਹੀਂ ਬਣਨੀ। ਸੁਲਤਾਨੁਲ ਆਰਿਫੀਨ ਆਪਨੇ ਫਰਮਾਇਆ, ਤਸਬੀਹ ਫਿਰੀ ਤਸਬੀਹ ਫਿਰੀ ਪਰ ਦਿਲ ਦਰਿਆ ਵਿੱਚ ਤੂੰ ਤਾਰੀ ਲਾ, ਮੱਛਲੀ ਵਾਂਗੂ ਤਰਦਾ ਜਾ, ਫਿਰ ਵੀ ਤੇਰੀ ਬੋ ਨਹੀਂ ਮੁੱਕਣੀ, ਪਹਿਲਾਂ ਆਪਣੀ ਮੈਂ ਮੁੱਕਾ।